ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਜਿਹੜੀ ਅੱਜ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਜੀ, ਦੋ ਟਰੈਕਟਰ, ਫਾਰਮ ਟਰੈਕ 45 ਅਤੇ ਫਾਰਮ ਟਰੈਕ ਉੱਥੇ ਕੱਢ ਗਏ, ਪਾਵਰ ਕੀਤੇ ਆਪਾਂ। ਅਤੇ ਚੈੱਕ ਕਰੋ ਜੀ, ਇਹ ਟਰੈਕਟਰ ਆਪਣੇ ਕੋਲ ਦੋਨੋਂ ਆਏ ਆ ਜੀ ਫਤਿਹਾਬਾਦ ਤੋਂ। ਅਤੇ ਬਾਈ ਅੱਜ ਲੈਣ ਆ ਗਏ ਆਪਾਂ, ਸਾਰੇ ਟਰੈਕਟਰ ਰੈਡੀ ਕਰਤੇ, ਪੂਰੇ ਤਿਆਰ ਆ ਜੀ। ਟਰੈਕਟਰ ਦੀ ਚੈੱਕ ਕਰੋ ਜੀ ਫਿਟਿੰਗ, ਉਸੇ ਹਿੱਸੇ 'ਤੇ ਆਪਾਂ ਫਿੱਟ ਕੀਤਾ ਡਬਲ ਸਿਲੰਡਰ। ਕਟਾਈ ਚੈੱਕ ਕਰੋ ਜੀ, ਪੂਰੀ ਸ਼ਾਨਦਾਰ ਕਟਾਈ, ਉਹੀ ਆਪਾਂ ਸਪੈਂਡਲ ਰੱਖਿਆ ਜੀ, ਆਰਮ ਚੇਂਜ ਕੀਤੇ ਆ। ਫਿਟਿੰਗ ਚੈੱਕ ਕਰ ਸਕਦੇ ਹੋ ਜੀ, ਪੰਪ ਆਪਾਂ ਜੈਨੂਨ ਲਾਇਆ ਜੀ, ਇੱਧਰ ਪੈਪ ਲੈਂਡ ਦੀ ਫਿਟਿੰਗ, ਸਟੀਅਰਿੰਗ ਦੀ ਫਿਟਿੰਗ ਬਿਲਕੁਲ ਸਲੋ ਦੇ ਵਿੱਚ ਕਟਾਈ ਕਰਦਾ ਹੋਇਆ ਫਾਰਮ ਟਰੈਕ 60 ਹੈ ਜੀ ਇਹ। ਫੁੱਲ ਕਟਾਈ ਹੈ ਜੀ ਪੂਰੀ, ਦੂਸਰੇ ਸਾਈਡ ਦੀ ਫਿਟਿੰਗ, ਟੈਂਕੀ ਜਿਹੜੀ ਆਪਾਂ ਸ਼ੋਅ ਦੇ ਵਿੱਚ ਲਾਈ ਹੈ ਜੀ, ਬਾਹਰ ਨਹੀਂ ਦਿਖਦੀ। ਪੂਰਾ ਤਿਆਰ ਹੋ ਗਿਆ ਬਾਈ ਜੀ ਦਾ ਟਰੈਕਟਰ, ਅਤੇ ਆਪਾਂ ਗੱਲਬਾਤ ਤੁਹਾਡੀ ਕਰਾਵਾਂਗੇ। ਦੂਸਰਾ ਟਰੈਕਟਰ ਹੈ ਜੀ ਫਾਰਮ ਟਰੈਕ 45, ਦੋਨੇ ਟਰੈਕਟਰ ਇਕੱਠੇ ਆਏ ਇੱਕੋ ਹੀ ਪਿੰਡ ਤੋਂ ਜੀ। ਇਹਦੀ ਫਿਟਿੰਗ ਚੈੱਕ ਕਰੋ ਜੀ, ਇਹ ਡਬਲ ਪੰਪ ਲਾਇਆ ਜੀ, ਇਹ ਉੱਚਾ ਮਾਡਲ ਹੈ, ਇਸੇ 'ਤੇ ਫਿਟਿੰਗ ਚੈੱਕ ਕਰ ਸਕਦੇ ਹਾਂ ਤੁਸੀਂ। ਇਹਦੀ ਪਾਈਪ ਲਾਈਨ ਦੀ ਫਿਟਿੰਗ ਚੈੱਕ ਕਰ ਸਕਦੇ ਹਾਂ, ਸਟੀਅਰਿੰਗ ਦੀ ਫਿਟਿੰਗ, ਇਹਦੀ ਵੀ ਕਟਾਈ ਪੂਰੀ ਚੈੱਕ ਕਰੋ ਜੀ। ਪੂਰੀ ਫੁੱਲ ਪ੍ਰੋਪਰ ਕਟਾਈ, ਉਸੇ ਹਿੱਸੇ 'ਤੇ ਆਪਾਂ ਡਬਲ ਸਿਲੰਡਰ ਫਿੱਟ ਕੀਤੇ ਹੈ ਜੀ। ਦੂਸਰੇ ਸਾਈਡ ਦੀ ਫਿਟਿੰਗ, ਇਹਦੀ ਵੀ ਟੈਂਕੀ ਉਸੇ ਤਰ੍ਹਾਂ ਆਪਾਂ ਸ਼ੋਅ ਦੇ ਵਿੱਚ ਫਿੱਟ ਕੀਤੀ ਹੈ ਜੀ। ਬਿਲਕੁਲ ਸਲੋ ਚੱਲਦਾ ਟਰੈਕਟਰ, ਪੂਰਾ ਪ੍ਰੋਪਰ ਫੁੱਲ ਵਧੀਆ ਜੀ ਸਲੋ ਦੇ ਵਿੱਚ ਕਟਾਈ ਕਰਦਾ ਹੋਇਆ। ਦੋਨੇ ਟਰੈਕਟਰ ਹੋ ਗਏ ਤਿਆਰ, ਅੱਜ ਲੈਣ ਆਏ ਨੇ ਟਰੈਕਟਰ, ਇਹ ਫਤਿਹਾਬਾਦ ਤੋਂ ਨੇ ਜੀ। ਅਤੇ ਬਾਈ ਹੋਰਾਂ ਦਾ ਕਰਾਉਂਦੇ ਹਾਂ ਆਪਾਂ ਗੱਲਬਾਤ, ਕਿਵੇਂ ਲੱਗਿਆ ਅਤੇ ਕਿਵੇਂ ਰਿਹਾ ਉਹਨਾਂ ਦਾ ਤਜਰਬਾ, ਸਟੀਅਰਿੰਗ ਸਟੂਰਿੰਗ ਬਾਰੇ ਅਤੇ ਕਿਵੇਂ ਹੈ, ਸਾਰੀ ਗੱਲਬਾਤ ਦੱਸਣਗੇ। ਚਲਾ ਕੇ ਵੇਖ ਕੇ ਆਏ ਨੇ, ਕਰਾਉਂਦੇ ਹੁਣ ਆਪਾਂ ਇਹਨਾਂ ਨਾਲ ਗੱਲ। ਸਤਿ ਸ਼੍ਰੀ ਅਕਾਲ ਜੀ। ਅਤੇ ਜਿਹੜੇ ਆਪਣੇ ਕੋਲ ਆਪਾਂ ਟਰੈਕਟਰ ਤਿਆਰ ਕੀਤੇ ਜੀ, ਫਾਰਮ ਟਰੈਕ 60 ਬਾਈਆਂ ਦਾ ਅਤੇ ਫਾਰਮ ਟਰੈਕ 45, ਅਤੇ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਆਪਦਾ ਨਾਮ ਅਤੇ ਪਿੰਡ ਦੱਸੋ ਜੀ। ਜੀ ਆਪਣਾ ਨਾਮ ਜਤਿੰਦਰ ਹੈ ਜੀ, ਜਤਿੰਦਰ ਫਤਿਹਾਬਾਦ ਤੋਂ। ਫਤਿਹਾਬਾਦ ਤੋਂ ਆਪਣੇ ਕੋਲ ਫਾਰਮ 60 ਹੈਗਾ, ਇਹਨਾਂ ਦਾ ਫਾਰਮ 98 ਮਾਡਲ ਹੈ, 98 ਮਾਡਲ। ਅਤੇ ਤੁਹਾਡਾ ਨਾਮ ਜੀ? ਮੇਰਾ ਨਾਮ ਸੰਦੀਪ ਕੁਮਾਰ ਹੈ ਜੀ, ਅਤੇ ਤੁਹਾਡਾ ਬੋਡੀਆ ਖੇੜਾ ਜੀ, ਜ਼ਿਲ੍ਹਾ ਫਤਿਹਾਬਾਦ ਜੀ। ਫਤਿਹਾਬਾਦ, ਹਾਂਜੀ। ਬਾਈਆਂ ਦਾ ਫਾਰਮ ਟਰੈਕ 45 ਆ, ਮਾਡਲ ਕਿਹੜਾ ਜੀ ਇਹ? 6 2006 ਮਾਡਲ ਹੈ। ਅਤੇ ਇਹਨਾਂ ਦੋਨੇ ਟਰੈਕਟਰ ਪਾਵਰ ਕੀਤੇ ਆਪਾਂ ਉਸੇ ਹਿੱਸੇ 'ਚ, ਜਾਂ ਹੁਣ ਇੱਕ ਤਾਂ ਸਿੰਗਲ ਪੰਪ ਲੱਗਿਆ ਅਤੇ ਡਬਲ ਲੱਗਿਆ। ਕਿਵੇਂ ਰਿਹਾ ਜੀ ਫਿਟਿੰਗ ਵਗੈਰਾ? ਆਪਣਾ ਫਿਟਿੰਗ ਜੀ ਬਿਲਕੁਲ ਵਧੀਆ, ਹਾਂਜੀ। ਅਤੇ ਫੁੱਲ ਕਟਾਈ ਹੈਗੀ ਜੀ, ਹਾਂਜੀ। ਅਤੇ ਸਲੋ 'ਚ ਰਹਿ ਲਾ, ਸਲੋ 'ਚ ਜੀ। ਅਤੇ ਰੋਡ 'ਤੇ ਚਲਾ ਕੇ ਵੇਖ ਲਿਆ ਕੋਈ ਕਿਸੇ ਤਰ੍ਹਾਂ ਦੀ ਖਿੱਚ ਤਾਂ ਕੋਈ ਤਾਂ ਨਹੀਂ ਕਿਸੇ ਪਾਸੇ? ਕੋਈ ਦਿੱਕਤ ਨਹੀਂ ਹੈ ਜੀ। ਹੋਰ ਤੁਹਾਡਾ ਜੀ ਕਿਵੇਂ ਰਿਹਾ? ਦੇਖ ਲਿਆ ਚਲਾ ਚਲੂ? ਪੂਰਾ ਫਿਟਿੰਗ ਵਧੀਆ ਜੀ, ਇੱਕਦਮ ਵਧੀਆ ਜੀ, ਹਾਂਜੀ। ਪਸੰਦ ਆਇਆ ਕੰਮ ਜੀ? ਹਾਂਜੀ, ਬਿਲਕੁਲ ਪਸੰਦ ਆਇਆ ਜੀ। ਅਤੇ ਤੁਸੀਂ ਦੇਖਿਆ ਜੀ, ਇਹ ਟਰੈਕਟਰ ਆਪਣੇ ਕੋਲ ਆਏ ਸੀ ਫਤਿਹਾਬਾਦ ਤੋਂ, ਪਿੰਡ ਆਇਆ ਮੋਡੀਆ ਖੇੜਾ। ਮੋਡੀਆ ਖੇੜਾ, ਮੋਡੀਆ ਖੇੜਾ।
ਫਤਿਹਾਬਾਦ ਦੇ ਜਮਾਂ ਕੋਲੇ ਹੈ ਜੀ, 3 ਕਿਲੋਮੀਟਰ ਦੂਰ ਹੈ ਜੀ, 3 ਕਿਲੋਮੀਟਰ ਹੈ ਫਤਿਹਾਬਾਦ ਤੋਂ, ਅਤੇ ਆਪਾਂ ਦੋਵੇਂ ਟਰੈਕਟਰ ਅੱਜ ਕਰਤੇ ਰੈਡੀ ਲੈਣ ਆਏ ਨੇ ਬਾਈ। ਚੱਲ ਵੀਡੀਓ ਵਿੱਚ ਚੱਲ ਰਹੇ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਕੋਈ ਵੀ ਟਰੈਕਟਰ ਪਾਵਰ ਕਰਾਉਣਾ ਜਾਂ ਲਿਫਟ ਦਾ ਕੰਮ ਕਰਾਉਣਾ ਤੁਸੀਂ ਸਾਡੇ ਨਾਲ ਫੋਨ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਕਮੈਂਟ ਦੇ ਵਿੱਚ ਦੱਸੋ ਜੀ ਕੰਮ ਕਿਵੇਂ ਲੱਗਿਆ, ਅਤੇ ਤੁਹਾਡਾ ਰਿਵਿਊ ਸਾਡੇ ਲਈ ਬਹੁਤ ਵਧੀਆ ਮਾਇਨੇ ਰੱਖਦਾ। ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ, ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਤਾਂ ਸਬਸਕ੍ਰਾਈਬ ਕਰ ਲਿਓ, ਇੰਸਟਾ ਅਤੇ ਫੇਸਬੁੱਕ 'ਤੇ ਸਾਨੂੰ ਫੋਲੋ ਕਰ ਲਿਓ। ਤੁਸੀਂ ਬਾਈ ਸਾਡੇ ਕੋਲ ਪਹੁੰਚੇ ਫਤਿਹਾਬਾਦ ਤੋਂ, ਇਹਨਾਂ ਦਾ ਹੀ ਟਰੈਕਟਰ ਦਾ ਕੰਮ ਕੀਤਾ ਜੀ, ਬਾਈ ਹੋਰ ਦਾ ਬਹੁਤ ਧੰਨਵਾਦ ਕਰਦੇ ਹਾਂ। ਬਾਈ ਜੀ ਪਹੁੰਚੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਜਿਹੜੇ ਵੀਰ ਵੀਡੀਓ ਦੇਖ ਰਿਹਾ ਅਤੇ ਇਹਨੂੰ ਸ਼ੇਅਰ ਕਰਨਗੇ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰ ਧੰਨਵਾਦ। ਦੇਖ ਕੇ